ਅਧਿਆਪਕ ਸਾਥੀਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 21 ਅਕਤੂਬਰ ਦੀ ਮਾਰਨਿੰਗ ਸਲਾਈਡ ਪਿੱਛੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮਾਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਹਰ ਇੱਕ ਦਿਨ ਦੀ ਜਿਹੜੀ ਮਾਰਨਿੰਗ ਸਲਾਈਡ ਹੈ ਉਹ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਤੇ ਹੁਣ ਆਪਾਂ ਕਰਾਂਗੇ 21 ਅਕਤੂਬਰ ਦੀ ਮਾਰਨਿੰਗ ਸਲਾਈਡ ਇਸ ਤੋਂ ਪਹਿਲਾਂ ਪਿਛਲੀ ਮਾਰਨਿੰਗ ਸਲਾਈਡ 'ਚ ਆਪਾਂ ਕੁਐਸਚਨ ਪੁੱਛਿਆ ਸੀ ਵੀ ਸਿੱਖ ਧਰਮ ਦੇ ਜਿਹੜੇ ਪਹਿਲੇ ਗੁਰੂ ਨੇ ਉਹਨਾਂ ਦਾ ਕੀ ਨਾਮ ਹੈ ਤਾਂ ਉਹਨਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਦੇ ਬਹੁਤ ਬੱਚਿਆਂ ਨੇ ਕਮੈਂਟ ਜਿਹੜੇ ਆਪਣੀ ਸ਼ਾਰਟ ਵੀਡੀਓ ਤੇ ਜਾ ਕੇ ਕੀਤੇ ਸੀ ਕਿਉਂਕਿ ਇਹ ਵੀਡੀਓ ਮੇਡ ਫॉर ਕਿਡਸ ਚੱਲੀ ਜਾਂਦੀ ਹੈ ਤੇ ਇਹਦੇ ਤੇ ਆਪਾਂ ਕਮੈਂਟ ਨਹੀਂ ਕਰ ਸਕਦੇ ਇਸ ਕਰਕੇ ਜੋ ਵੀ ਅਨਸਰ ਕਰਨਾ ਹੈ ਉਹ ਆਪਾਂ ਸ਼ਾਰਟ ਵੀਡੀਓ ਪਾਉਂਦੇ ਆ ਆਪਣੇ ਚੈਨਲ ਤੇ ਮਾਰਨਿੰਗ ਸਲਾਈਡ ਦੀ ਤਾਂ ਉਹਦੇ ਤੇ ਜਾ ਕੇ ਤੁਸੀਂ ਜਿਹੜੇ ਕਮੈਂਟ ਚ ਅਨਸਰ ਕਰਨੇ ਆ ਅੱਜ ਵੀ ਆਪਾਂ ਕੁਐਸਚਨ ਦੇਵਾਂਗੇ ਉਸ ਦਾ ਅਨਸਰ ਤੁਸੀਂ ਸ਼ਾਰਟ ਵੀਡੀਓ ਤੇ ਜਾ ਕੇ ਕਰੋਗੇ ਤੇ ਹੁਣ ਆਪਾਂ ਕਰਾਂਗੇ 21 ਅਕਤੂਬਰ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਸੋਮਵਾਰ ਅੱਜ ਦੀ ਮਿਤੀ 21 ਅਕਤੂਬਰ 2024 ਅੱਜ ਦਾ ਵਿਚਾਰ ਤਾਂ ਸਟੂਡੈਂਟ ਅੱਜ ਦਾ ਜਿਹੜਾ ਵਿਚਾਰ ਹੈ ਉਹ ਹੈ ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਮਿੱਤਰ ਹਨ ਤਾਂ ਵਿਦਿਆਰਥੀਓ ਜਿਹੜੇ ਕਿਤਾਬਾਂ ਨੇ ਨਾ ਉਹ ਆਪਣੀਆਂ ਸਭ ਤੋਂ ਜਿਹੜੀਆਂ ਵਧੀਆ ਮਿੱਤਰ ਇਸ ਕਰਕੇ ਮੰਨੀਆਂ ਜਾਂਦੀਆਂ ਨੇ ਕਿਉਂਕਿ ਆਪਾਂ ਜੀਵਨ ਦੇ ਵਿੱਚ ਬਚਪਨ ਤੋਂ ਲੈ ਕੇ ਆਪਣੇ ਸਕਸੈਸ ਹੋਣ ਤੱਕ ਜੋ ਕੁਝ ਸਿੱਖਦੇ ਹਾਂ ਜ਼ਿੰਦਗੀ ਦੇ ਵਿੱਚੋਂ ਸਾਰਾ ਕੁਝ ਕਿੱਥੋਂ ਸਿੱਖਦੇ ਹਾਂ ਕਿਤਾਬਾਂ ਤੋਂ ਤੇ ਕਿਤਾਬਾਂ ਹੀ ਹਮੇਸ਼ਾ ਜਿਹੜਾ ਆਪਾਂ ਨੂੰ ਸਾਰਾ ਕੁਝ ਸਹੀ ਸਿਖਾਉਂਦੀਆਂ ਨੇ ਉਂਝ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਸੱਚੇ ਮਿੱਤਰ ਕਿਉਣਾ ਹੋਣ ਕਿਤੇ ਨਾ ਕਿਤੇ ਜਾ ਕੇ ਉਹ ਆਪਾਂ ਨੂੰ ਸਹੀ ਗਾਈਡਲਾਈਨ ਨਹੀਂ ਦੇ ਪਾਉਂਦੇ ਜੋ ਕੀ ਆਪਾਂ ਨੂੰ ਕਿਤਾਬਾਂ ਦਿੰਦੀਆਂ ਨੇ ਤੇ ਜੇ ਉਹਨਾਂ ਨੇ ਵੀ ਆਪਾਂ ਨੂੰ ਗਾਈਡਲਾਈਨ ਦੇਣੀ ਹੈ ਕੋਈ ਤਾਂ ਉਹ ਵੀ ਕਿਤਾਬਾਂ ਤੋਂ ਦੇਖ ਕੇ ਜਾਂ ਕਿਤਾਬਾਂ ਤੋਂ ਪੜ੍ਹ ਕੇ ਸਿੱਖੇ ਨੇ ਤੇ ਉਹਨਾਂ ਨੇ ਇਹ ਚੀਜ਼ ਆਪਾਂ ਨੂੰ ਦੇ ਰੇਣੇ ਤਾਂ ਇਸ ਕਰਕੇ ਜ਼ਿੰਦਗੀ ਦੇ ਵਿੱਚ ਸਹੀ ਸਿੱਖਣ ਲਈ ਸਹੀ ਗਿਆਨ ਪ੍ਰਾਪਤ ਕਰਨ ਲਈ ਸਹੀ ਰਾਸਤਾ ਦਿਖਾਉਣ ਲਈ ਜਿਹੜੀਆਂ ਕਿਤਾਬਾਂ ਹੀ ਨੇ ਤੇ ਜਦੋਂ ਤੁਸੀਂ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹੋ ਕਿਤਾਬਾਂ ਤੋਂ ਸਿੱਖਣਾ ਸ਼ੁਰੂ ਕਰ ਦਿੰਦੇ ਹੋ ਸੋਚ ਸਮਝ ਕੇ ਸਿੱਖਣਾ ਸ਼ੁਰੂ ਕਰ ਦਿੰਦੇ ਤਾਂ ਤੁਹਾਨੂੰ ਐਦਾਂ ਮਹਿਸੂਸ ਹੋਣ ਲੱਗ ਜਾਏਗਾ ਜਿਦਾਂ ਕਿਤਾਬਾਂ ਤੁਹਾਡੇ ਨਾਲ ਗੱਲਾਂ ਕਰਦੀਆਂ ਨੇ ਤਾਂ ਇਸ ਕਰਕੇ ਬੱਚਿਓ ਕਿਤਾਬਾਂ ਨੂੰ ਪੂਰੇ ਧਿਆਨ ਨਾਲ ਜੇ ਕੋਈ ਆਪਾਂ ਲੈਸਨ ਪੜ੍ਹਦੇ ਆਂ ਕੋਈ ਵੀ ਆਪਾਂ ਕਹਾਣੀ ਪੜ੍ਹਦੇ ਆਂ ਉਸ ਨੂੰ ਪੂਰੀ ਸੋਚ ਸਮਝ ਤੇ ਧਿਆਨ ਨਾਲ ਸੁਣ ਕੇ ਪੜ੍ਹਦੇ ਹੋ ਤੁਸੀਂ ਤਾਂ ਇੱਕ ਵਾਰ ਤੁਸੀਂ ਉਸ ਦੁਨੀਆ ਵਿੱਚ ਚਲੇ ਜਾਂਦੇ ਹੋ ਜਿੱਥੇ ਉਹ ਚੀਜ਼ ਚੱਲ ਰਹੀ ਹੁੰਦੀ ਹੈ 4th 5th ਦੀ EVS ਤੁਸੀਂ ਪੜ੍ਹਦੇ ਹੋ ਇੱਕ ਇੱਕ ਟੌਪਿਕ ਜਿਹੜਾ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਸੈੱਟ ਕੀਤਾ ਹੋਇਆ ਹੈ ਵਾਤਾਵਰਣ ਦੇ ਨਾਲ ਰਿਲੇਟ ਕਰਕੇ ਜਦੋਂ ਤੁਸੀਂ ਉਸ ਦੀ ਨਿੱਕੀ ਨਿੱਕੀ ਚੀਜ਼ ਨੂੰ ਸਮਝਦੇ ਹੋ ਸਮਝ ਕੇ ਚੱਲਦੇ ਹੋ ਤਾਂ ਤੁਹਾਨੂੰ ਐ ਲੱਗਦਾ ਵੀ ਜਿਵੇਂ ਅਸੀਂ ਪੂਰੀ ਕੁਦਰਤ ਦੇ ਵਿੱਚ ਵਿਚਰ ਰਹੇ ਹਾਂ ਤਾਂ ਇਸ ਕਰਕੇ ਬੱਚੋ ਕਿਤਾਬਾਂ ਨਾਲ ਜਿਹੜਾ ਤੁਸੀਂ ਪਿਆਰ ਬਹੁਤ ਹੀ ਕਿਤਾਬਾਂ ਦੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਕਿਉਂਕਿ ਇਹੀ ਸਭ ਤੋਂ ਵਧੀਆ ਮਿੱਤਰ ਨੇ ਜੋਗੀ ਤੁਹਾਡੀ ਜ਼ਿੰਦਗੀ ਦੇ ਬਦਲ ਕੇ ਰੱਖ ਦਿੰਦੀਆਂ ਨੇ ਤੇ ਹੁਣ ਆਪਾਂ ਕਰਾਂਗੇ ਆਮ ਗਿਆਨ ਵਿਗਿਆਨ ਦੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਪੰਜਾਬ ਦੇ ਮਾਝਾ ਇਲਾਕੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਪੈਂਦੇ ਹਨ ਤਾਂ ਪੰਜਾਬ ਦੇ ਜਿਹੜੇ ਮਾਝੇ ਇਲਾਕੇ ਜ਼ਿਲ੍ਹੇ ਪੈਂਦੇ ਨੇ ਅੰਮ੍ਰਿਤਸਰ ਹੈ ਪਠਾਨਕੋਟ ਹੈ ਤਰਨਤਾਰਨ ਹੈ ਤੇ ਗੁਰਦਾਸਪੁਰ ਹੈ ਤਾਂ ਆਪਾਂ ਹੁਣ ਬਾਕੀ ਚੀਜ਼ ਮੈਪ ਤੇ ਚੱਲ ਕੇ ਸਮਝਦੇ ਹਾਂ ਇਹ ਮੈਪ ਹੈ ਪਿਆਰੇ ਬੱਚੋ ਇਹਦੇ ਵਿੱਚ ਇਹ ਮਾਝੇ ਦਾ ਇਲਾਕਾ ਹੈ ਇਹ ਦੁਆਬੇ ਦਾ ਇਲਾਕਾ ਹੈ ਤੇ ਆ ਜਿਹੜੇ ਥੱਲੇ ਦੋ ਕਲਰ ਨੇ ਇਹ ਮਾਲਵੇ ਦਾ ਇਲਾਕਾ ਹੈ ਇਹ ਜਿਹੜਾ ਮੈਪ ਹੈ ਇਹ ਭਾਸ਼ਾ ਦੇ ਆਧਾਰ ਤੇ ਬਣਾਇਆ ਤਾਂ ਇੱਥੇ ਜਿਹੜੇ ਚਾਰ ਕਲਰ ਨੇ ਤੇ ਆਪਾਂ ਇੱਥੇ ਮਾਝੇ ਦੀ ਗੱਲ ਕੀਤੀ ਹੈ ਜਿੰਦੇ ਦੇਖ ਲਓ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਆ ਗਿਆ ਤੇ ਇਸ ਤਰ੍ਹਾਂ ਜਿਹੜਾ ਆ ਤੁਹਾਨੂੰ ਦਿਖ ਰਿਹਾ ਹੈ ਨਾ ਇੱਥੇ ਜਿਹੜੀ ਇੱਕ ਪਵੱਦੀ ਬੋਲੀ ਬੋਲੀ ਜਾਂਦੀ ਹੈ ਇਹ ਮੈਪ ਬੋਲੀਆਂ ਵਾਲਾ ਹੈ ਪਰ ਇੱਥੇ ਆਪਾਂ ਸਿਰਫ ਇਲਾਕੇ ਦੀ ਗੱਲ ਕਰ ਰਹੇ ਹਾਂ ਤੇ ਇਹ ਸਾਰਾ ਥੱਲੜਾ ਇਲਾਕਾ ਮਾਲਵੇਚ ਹੈ ਤੇ ਇਹ ਜਿਹੜਾ ਦੁਆਬੇ ਦਾ ਹੈ ਤੇ ਇਹ ਮਾਝੇ ਦਾ ਇਲਾਕਾ ਹੈ ਤਾਂ ਹਾਂਜੀ ਪਿਆਰੇ ਬੱਚੋ ਅਗਲਾ ਕੁਸਚਨ ਹੈ ਜਿਹੜਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਹਨ ਤਾਂ ਪਿਆਰੇ ਬੱਚੋ ਉਸ ਦਿਨ ਆਪਣਾ ਕੁਸਚਨ ਆਇਆ ਸੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਤਾਂ ਉਹ ਕੁਸਚਨ ਦਾ ਜਿਹੜਾ ਆਨਸਰ ਹੈ ਤੁਸੀਂ ਕਮੈਂਟ ਦੇ ਵਿੱਚ ਕਰਨਾ ਹੈ ਜੇ ਆਪਣਾ ਇਸ ਵੀਡੀਓ ਤੇ ਕਮੈਂਟ ਨਹੀਂ ਹੁੰਦਾ ਤਾਂ ਤੁਸੀਂ ਸ਼ਾਰਟ ਮਾਰਨਿੰਗ ਸਲਾਈਡ ਵਾਲੀ ਵੀਡੀਓ ਤੇ ਜਾ ਕੇ ਕਮੈਂਟ ਕਰੋਗੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਨੇ ਪਿਛਲੀ ਸਲਾਈਡ ਦੇ ਵਿੱਚ ਆਇਆ ਸੀ ਤੁਸੀਂ ਜੇ ਨਹੀਂ ਆਨਸਰ ਦਾ ਪਤਾ ਲੱਗਦਾ ਤਾਂ ਤੁਸੀਂ ਪਿਛਲੀ ਮਾਰਨਿੰਗ ਸਲਾਈਡ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਤੇ ਉਸ ਦਾ ਆਨਸਰ ਜਿਹੜਾ ਤੁਸੀਂ ਕਮੈਂਟ ਚ ਕਰੋਗੇ ਤੇ ਇਹ ਇਹਦਾ ਆਨਸਰ ਹੈ ਰਾਸ਼ਟਰਪਤੀ ਤੇ ਰਾਸ਼ਟਰਪਤੀ ਕੌਣ ਸੀ ਡਾਕਟਰ ਰਜਿੰਦਰ ਪ੍ਰਸਾਦ ਤੇ ਹੁਣ ਆਪਾਂ ਤੁਹਾਨੂੰ ਫੋਟੋ ਦਿਖਾ ਦਿੰਨੇ ਆ ਇਹ ਨੇ ਡਾਕਟਰ ਰਜਿੰਦਰ ਪ੍ਰਸਾਦ ਜੋ ਕਿ ਭਾਰਤ ਦੇ ਪਹਿਲੇ ਰਾਸ਼ਟਰਪਤੀ ਨੇ ਤੇ ਇਹ ਬਿਹਾਰ ਦੇ ਰਹਿਣ ਵਾਲੇ ਸੀ ਹਾਂਜੀ ਪਿਆਰੇ ਬੱਚੋ ਅਗਲਾ ਕੁਸਚਨ ਹੈ ਮੱਖੀਆਂ ਬਿਮਾਰੀਆਂ ਕਿਵੇਂ ਫਲਾਉਂਦੀਆਂ ਹਨ ਤਾਂ ਪਿਆਰੇ ਬੱਚੋ ਇੱਥੇ ਆਨਸਰ ਨਹੀਂ ਦਿੱਤਾ ਆ ਪਰ ਆਪਾਂ ਤੁਹਾਨੂੰ ਸਮਝਾ ਦਿੰਨੇ ਆ ਮੱਖੀਆਂ ਦੇਖਿਓ ਬੱਚੋ ਮੱਖੀਆਂ ਦੀ ਆਦਤ ਹੁੰਦੀ ਹੈ ਕਿ ਉਹ ਗੰਦਗੀ ਤੇ ਬੈਠ ਕੇ ਆਉਂਦੀਆਂ ਨੇ ਉਹ ਗੰਦਗੀ ਤੇ ਬੈਠ ਕੇ ਆਉਂਦੀਆਂ ਨੇ ਤੇ ਉਹਨਾਂ ਦੇ ਪੈਰਾਂ ਦੇ ਨਾਲ ਜਿਹੜੀ ਗੰਦਗੀ ਉਹ ਚਿਪਕ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਹੀ ਮੱਖੀਆਂ ਆ ਕੇ ਕਿੱਥੇ ਪਹੁੰਚਦੀਆਂ ਨੇ ਆਪਣੇ ਭੋਜਨ ਤੇ ਆ ਕੇ ਬੈਠdੀਆਂ ਨੇ ਜੋ ਆਪਾਂ ਖਾਣਾ ਖਾਣੇ ਆ ਇਸ ਕਰਕੇ ਆਪਾਂ ਕਹਿੰਦੇ ਹਾਂ ਖਾਣੇ ਨੂੰ ਟੱਕ ਕੇ ਰੱਖੋ ਜੇ ਖਾਣਾ ਨੰਗਾ ਰੱਖਿਆ ਹੁੰਦਾ ਤਾਂ ਫਿਰ ਕਿਉਂ ਮੱਖੀਆਂ ਉਸਤੇ ਆ ਕੇ ਬੈਠ ਜਾਂਦੀਆਂ ਨੇ ਤਾਂ ਖਾਣੇ ਤੇ ਆ ਕੇ ਜੇ ਉਹ ਦੋ ਬੈਠਦੀਆਂ ਨੇ ਤੇ ਉਹਨਾਂ ਦੇ ਪੈਰਾਂ ਨਾਲ ਜੋ ਵੀ ਕਟਾਣੂ ਜਾਂ ਗੰਦਗੀ ਲੱਗੀ ਹੁੰਦੀ ਹੈ ਉਹ ਆਪਣੇ ਭੋਜਨ ਤੇ ਆ ਜਾਂਦੀ ਹੈ ਤਾਂ ਛੋਟੀ ਛੋਟੀ ਗੰਦਗੀ ਦੀ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆਪਾਂ ਉਹੀ ਭੋਜਨ ਜਿਹੜਾ ਖਾ ਲੈਨੇ ਆ ਤੇ ਫਿਰ ਉਹ ਆਪਣੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਫਿਰ ਆਪਾਂ ਨੂੰ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਇਸ ਕਰਕੇ ਬੱਚੋ ਹਮੇਸ਼ਾ ਪੋਜਨ ਨੂੰ ਜਿਹੜਾ ਟੱਕਤੇ ਰੱਖਿਆ ਕਰੋ ਸਾਫ ਸਪਾਈ ਰੱਖਿਆ ਕਰੋ ਜਿਹੜੀਆਂ ਮੱਖੀਆਂ ਨਾ ਆਉਣ ਤੇ ਅਗਲਾ ਕੁਐਸਚਨ ਹੈ ਕਿਹੜਾ ਪੰਛੀ ਮਨੁੱਖੀ ਆਵਾਜ਼ ਦੀ ਨਕਲ ਕਰਨ ਲਈ ਜਾਣਿਆ ਜਾਂਦਾ ਹੈ ਤੇ ਪਹਿਰੇ ਬੱਚੋ ਤੁਸੀਂ ਦੇਖਦੇ ਹੋ ਕਈ ਜਗ੍ਹਾ ਤੇ ਤੁਸੀਂ ਦੇਖਿਆ ਹੋਣਾ ਵੀ ਤੋਤੇ ਬੋਲਦੇ ਆ ਮਨੁੱਖੀ ਭਾਸ਼ਾ ਚ ਬੋਲਦੇ ਆ ਨਾ ਕਈਆਂ ਨੇ ਘਰਾਂ ਦੇ ਵਿੱਚ ਜਿਹੜੇ ਤੋਤੇ ਪਾਲੇ ਹੁੰਦੇ ਆ ਤੇ ਉਹ ਕੀ ਹੈ ਬੋਲਦੇ ਆ ਜਿੱਦਾਂ ਉਹਨਾਂ ਨੂੰ ਸਿਖਾਇਆ ਹੁੰਦਾ ਹੈ ਉਹ ਮਨੁੱਖੀ ਭਾਸ਼ਾ ਜਿਹੜੀ ਬੋਲ ਲੈਂਦੇ ਆ ਅਗਲਾ ਕੁਸਚਨ ਹੈ ਤਿੰਨ ਸੈਂਕੜੇ ਤੇ 30 ਇਕਾਈਆਂ ਮਿਲ ਕੇ ਕਿਹੜੀ ਸੰਖਿਆ ਬਣੇਗੀ ਹੁਣ ਤਿੰਨ ਸੈਂਕੜੇ ਕਿੰਨੇ ਹੋਗੇ ਤਿੰਨ ਦੇ ਪਿੱਛੇ ਦੋ ਜ਼ੀਰੋਆਂ ਲੱਗੀਆਂ 30 ਇਕਾਈਆਂ ਨੂੰ ਆਪਾਂ 30 ਦਾ 30 ਲਿਖ ਲਾਂਗੇ ਤਾਂ ਇਹਦਾ ਜਦੋਂ ਜੋੜ ਕਰਾਂਗੇ ਤੇ ਕੀ ਬਣ ਜੂਗਾ 330 ਆਨਸਰ ਕੀ ਆ ਜਾਏਗਾ 330 ਅੱਗੇ ਆਓ 부ਜੀਏ ਅੱਜ ਦੀ ਬੁਜਾਰਤ ਤਾਂ ਆਈ ਟੀ ਬੁਜਾਰਤ ਕੀ ਹੈ ਵਿੰਗ ਤੜਿੰਗੀ ਲੱਕੜੀ ਕਲਕੱਤਿਓ ਤੁਰੀ ਅੰਮ੍ਰਿਤਸਰ ਅਪੜੀ ਇਹ ਪਿਆਰੇ ਬੱਚੋ ਸੜਕ ਹੁੰਦੀ ਹੈ ਕਿਉਂਕਿ ਉਹ ਵਿੰਗ ਤੜਿੰਗੀ ਇਸ ਤਰ੍ਹਾਂ ਜਾਂਦੀ ਹੈ ਤਾਂ ਇਹ ਜਿਹੜੀ ਕਲਕੱਤੇ ਤੋਂ ਚੱਲ ਕੇ ਅੰਮ੍ਰਿਤਸਰ ਤੱਕ ਕੱਪੜ ਜਾਂਦੀ ਹੈ ਹਰ ਜਗ੍ਹਾ ਤੇ ਅੱਪੜ ਜਾਂਦੀ ਹੈ ਤਾਂ ਇਹ ਹੁੰਦੀ ਹੈ ਸੜਕ ਅੱਗੇ ਕਰਾਂਗੇ ਆਪਾਂ ਵਰਡ ਫॉर ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ ਪਹਿਲਾ ਵਰਡ ਹੈ ਨਾਈਟ N I G H T ਨਾਈਟ ਨਾਈਟ ਕਿੰਦਾ ਹੈ ਰਾਤ ਰਾਤ ਨੂੰ ਬੱਚੇ ਤੁਸੀਂ ਸੁਣਨੇ ਹੋ ਆਪਾਂ ਕਹਿੰਨੇ ਨਾ ਗੁੱਡ ਨਾਈਟ ਹਾਈ ਕਰਾਫਟ ਦੀ ਜਿਹੜੀ ਫੋਟੋ ਤਡੇ ਸਾਹਮਣੇ ਆ ਪੂਰਾ ਹਨੇਰਾ ਹੋ ਜਾਂਦਾ ਹੈ ਸਮਾਨ ਦੇ ਵਿੱਚ ਜਿਹੜੇ ਤਾਰੇ ਦਿਖਣ ਲੱਗ ਜਾਂਦੇ ਨੇ ਤਾਂ ਇਹਨੂੰ ਆਪਾਂ ਕਹਿ ਦਿੰਨੇ ਆ ਨਾਈਟ ਤਾਂ ਅਗਲਾ ਵਰਡ ਹੈ ਪਿਆਰੇ ਬੱਚੋ ਮਾਈਟ M I G H T ਮਾਈਟ ਮਾਈਟ ਕੀ ਹੈ ਹੋ ਸਕਦਾ ਹੈ ਇਹ ਇੱਕ ਹੈਲਪਿੰਗ ਵਰਬ ਹੈ ਜਿਵੇਂ ਆਪਾਂ ਇੰਗਲਿਸ਼ ਦੇ ਵਰਡ ਦੇ ਵਿੱਚ ਇਜ਼ ਆਮ ਆਰ ਵਾਸ ਵਰ ਲਾਉਨੇ ਆ ਉਸ ਤਰ੍ਹਾਂ ਆਪਾਂ ਜਿਹੜੇ ਵਰਡ ਦੇ ਵਿੱਚ ਕੋਈ ਚੀਜ਼ ਹੋਣ ਦੀ ਸੰਭਾਵਨਾ ਲਿਖਦੇ ਆ ਉੱਥੇ ਆਪਾਂ ਮਾਈਟ ਦੀ ਵਰਤੋਂ ਕਰਦੇ ਆ ਤਾਂ ਅੱਗੇ ਵਰਡ ਹੈ ਫਾਈਟ F I G H T ਫਾਈਟ ਫਾਈਟ ਕੀ ਹੈ ਲੜਾਈ ਜਦੋਂ ਤੁਹਾਡੀ ਕਿਸੇ ਦੇ ਨਾਲ ਲੜਾਈ ਹੋ ਜਾਂਦੀ ਹੈ ਕਲਾਸ ਦੇ ਵਿੱਚ ਦੋ ਬੱਚੇ ਪਰ ਲੜ ਲੈਂਦੇ ਆ ਜਾਂ ਕਿਸੇ ਗੇਮ ਦੇ ਵਿੱਚ ਲੜਾਈ ਹੁੰਦੀ ਹੈ ਜਿਵੇਂ ਫਾਈਟ ਚੱਲਦੀ ਹੈ WWE ਦੀ ਫੋਟੋ ਦਿਖਾਉਣੀ ਆਪਾਂ ਇਹ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਜਿਹੜਾ ਟੀਵੀ ਤੇ WWE ਦੀ ਫਾਈਟ ਚੱਲਦੀ ਹੈ ਤਾਂ ਉਹਨੂੰ ਆਪਾਂ ਫਾਈਟ ਕਹਿੰਦੇ ਆ ਪਰ ਪੰਜਾਬੀ ਚੋਂ ਦਾ ਮਤਲਬ ਕੀ ਹੁੰਦਾ ਲੜਾਈ ਅਗਲਾ ਵਰਡ ਹੈ ਰਾਈਟ R I G H T ਰਾਈਟ ਰਾਈਟ ਕੀ ਹੈ ਸਹੀ ਤੁਸੀਂ ਪੇਪਰ ਦੇ ਵਿੱਚ ਦੇਖਦੇ ਹੋ ਨਾ ਤੁਹਾਨੂੰ ਕੁਐਸਚਨ ਆਉਂਦੇ ਆ ਰਾਈਟ ਐਂਡ ਰੋਂਗ ਤਾਂ ਉਹ ਰਾਈਟ ਜਿਹੜਾ ਉਹ ਸਹੀ ਆ ਦੇਖੋ ਇਹ ਤੁਹਾਡੇ ਸਾਹਮਣੇ ਦੋ ਟਿਕ ਨਜ਼ਰ ਆ ਰਹੇ ਨੇ ਇਹ ਜਿਹੜਾ ਰੋਂਗ ਦਾ ਨਿਸ਼ਾਨ ਹੈ ਇਹ ਰਾਈਟ ਦਾ ਮਤਲਬ ਸਹੀ ਦਾ ਨਿਸ਼ਾਨ ਹੈ ਅਗਿਆ ਸਾਈਟ S I G H T ਸਾਈਟ ਸਾਈਟ ਕਿਹਦਾ ਨਜ਼ਰ اپنی ਜਿਹੜੀ ਨਜ਼ਰ ਹੁੰਦੀ ਹੈ ਉਹਨੂੰ ਆਪਾਂ ਸਾਈਟ ਕਹਿੰਦੇ ਆ ਕਿਉਂਕਿ ਡਾਕਟਰਾਂ ਦੇ ਕੋਲ ਤੁਸੀਂ ਜਾਂਦੇ ਹੋ ਕਿ ਕਹਿੰਦੇ ਤੁਹਾਡੀ ਆਈ ਸਾਈਟ ਵੀਕ ਹੋ ਗਈ ਹੈ ਜਦੋਂ ਤੁਹਾਡੀ ਅੱਖਾਂ ਦੀ ਨਜ਼ਰ ਜਿਹੜੀ ਅੱਖਾਂ ਦੀ ਨਜ਼ਰ ਜਿਹੜੀ ਕਮਜ਼ੋਰ ਹੋ ਗਈ ਹੈ ਫੋਟੋ ਦੇ ਵਿੱਚ ਵੀ ਦੇਖ ਰਹੇ ਹੋ ਉੱਪਰ ਜਿਹੜੀ ਅੱਖ ਦੀ ਇੱਕ ਫੋਟੋ ਬਣੀ ਹੋਈ ਹੈ ਤੇ ਥੱਲੇ ਲਿਖਿਆ ਹੋਇਆ ਹੈ ਸਾਈਟ ਨਜ਼ਰ ਅਤੇ ਆਪਕ ਸਾਥੀਓ ਤੇ ਪਿਆਰੇ ਬੱਚਿਓ ਇਹ ਸੀਗੀ 21 ਅਕਤੂਬਰ ਦੀ ਮਾਰਨਿੰਗ ਸਲਾਈਡ ਤੇ ਹਰ ਰੋਜ਼ੀ ਤਰ੍ਹਾਂ ਦੇ ਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਮਾਰਨਿੰਗ ਸਲਾਈਡ ਨੂੰ ਬੱਚਿਆਂ ਦੇ ਵਟਸਐਪ ਗਰੁੱਪ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਬੱਚੇ ਘਰ ਤੋਂ ਹੀ ਮਾਰਨਿੰਗ ਸਲਾਈਡ ਨੂੰ ਵਧੀਆ ਤਰੀਕੇ ਦੇ ਨਾਲ ਸੁਣ ਕੇ ਸਿੱਖ ਕੇ ਸਮਝ ਕੇ ਆਉਣ ਛੁੱਟੀ ਵਾਲੇ ਦਿਨ ਵੀ ਜਦੋਂ ਕਿਸੇ ਸਕੂਲ ਵਿੱਚ ਛੁੱਟੀ ਜਿਹੜੀ ਲਗਾਈ ਜਾਂਦੀ ਹੈ ਜਾਂ ਕਿਸੇ ਇੱਕ ਡਿਸਟ੍ਰਿਕਟ ਵਿੱਚ ਛੁੱਟੀ ਹੁੰਦੀ ਹੈ ਤਾਂ ਜਿਹੜੀ ਸਲਾਈਡ ਆਉਂਦੀ ਹੈ ਉਹਨਾਂ ਦਿਨਾਂ 'ਚ ਵੀ ਜਿਹੜੀ ਸਲਾਈਡ ਬੱਚਿਆਂ ਤੱਕ ਜ਼ਰੂਰ ਪਹੁੰਚਾਇਆ ਕਰੋ ਭਾਵੇਂ ਬੱਚੇ ਘਰ ਹੋਣ ਤਾਂ ਵੀ ਮਾਰਨਿੰਗ ਸਲਾਈਡ ਨੂੰ ਦੇਖਣ ਕਿਉਂਕਿ ਡੇਲੀ ਰੂਟੀਨ ਵਾਈਜ਼ 4 ਤੋਂ 5 ਕੁਐਸਚਨ ਜਿਹੜਾ ਤੇ 4 ਤੋਂ 5 ਵਰਡ ਬੱਚਿਆਂ ਤੱਕ ਪਹੁੰਚਦੇ ਨੇ ਵਿਚਾਰ ਪਹੁੰਚਦਾ ਹੈ ਬੱਚਿਆਂ ਦੀ ਥਿੰਕਿੰਗ ਬਦਲਦੀ ਹੈ ਬੱਚੇ ਥੋੜਾ ਥੋੜਾ ਜਿਹੜਾ ਕਰਕੇ ਕਾਫੀ ਜਿਹੜਾ ਨੌਲੇਜ ਦਾ ਭੰਡਾਰ ਇਕੱਠਾ ਕਰ ਲੈਂਦੇ ਨੇ ਤਾਂ ਬੱਚੋ ਤੁਸੀਂ ਵੀ ਦੇਖਦੇ ਹੋ ਤਾਂ ਆਪਣੇ ਨਾਲ ਦੇ ਕਲਾਸਮੇਟ ਨੂੰ ਦੋਸਤਾਂ ਨੂੰ ਦੱਸਿਆ ਕਰੋ ਉਹਨਾਂ ਤੱਕ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਰਦੇ ਵੀ ਜਰੂਰ ਦੇਖਿਆ ਕਰੋ ਕਿਉਂਕਿ ਕੋਈ ਉਮਰ ਸਿੱਖਣ ਦੀ ਨਹੀਂ ਹੁੰਦੀ ਹਰ ਇੱਕ ਉਮਰ ਵਿੱਚ ਆਪਾਂ ਵਧੀਆ ਤਰੀਕੇ ਦੇ ਨਾਲ ਕੁਝ ਨਾ ਕੁਝ ਜਿਹੜਾ ਨਵਾਂ ਸਿੱਖ ਸਕਦੇ ਹਾਂ ਇਨੀਆਂ ਗੱਲਾਂ ਦੇ ਨਾਲ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਜਿਹੜਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਸਮੇਂ ਸਿਰ ਜਦੋਂ ਵੀ ਵੀਡੀਓ ਆਪਾਂ ਅਪਲੋਡ ਕਰੀਏ 4 ਤੋਂ 5 ਵਜੇ ਦੇ ਵਿੱਚ ਜਿਹੜਾ ਆਪਾਂ ਵੀਡੀਓ ਅਪਲੋਡ ਕਰਦੇ ਆ ਤਾਂ ਉਸ ਟਾਈਮ ਤੁਹਾਨੂੰ ਜਿਹੜੀ ਤੁਰੰਤ ਵੀਡੀਓ ਜਿਹੜੀ ਮਿਲ ਜੇ ਧੰਨਵਾਦ